ਹਾਂਜੀ ਵੀ ਦੋਸਤੋ ਕੀ ਹਾਲ ਚਾਲ ਨੇ, ਉਮੀਦ ਆ ਸਾਰੇ ਵਧੀਆ ਹੋਣਗੇ। ਤੇ ਅੱਜ ਫੇਰ ਆਪਾਂ ਪਹੁੰਚੇ ਹੋਏ ਹਾਂ ਕਾਰੋਬਾਰ ਲੁਧਿਆਣਾ। ਬਾਈ ਕੋਲੇ ਕਾਫੀ ਜ਼ਿਆਦਾ ਕਸਟਮਾਈਜੇਸ਼ਨ ਚੱਲਦੀ ਰਹਿੰਦੀ ਹੈ, ਛੋਟੀ ਛੋਟੀ ਅਸੈਸਰੀ ਹੋ ਗਈ, ਕੁਛ ਵੀ ਹੋ ਗਿਆ। ਤੇ ਅੱਜ ਇੱਕ ਬਾਈ ਨੇ ਬੜੀ ਵਧੀਆ ਗੱਡੀ ਅਪਡੇਟ ਕੀਤੀ ਹੈ। ਬਾਈ ਕਿਹੜੀ ਗੱਡੀ ਅਪਡੇਟ ਕੀਤੀ ਹੈ ਤੇ ਪਹਿਲਾਂ ਚਾਹੁੰਦਾ ਕਿ ਮੇਰੇ ਵਿਊਵਰਸ ਨੂੰ ਵੀ ਆਪਣੇ ਬਾਰੇ ਥੋੜ੍ਹਾ ਦੱਸ ਦੇਣਾ। ਮੈਂ ਜੀ ਕਰਨ, ਕਾਰੋਬਾਰ ਤੋਂ ਲੁਧਿਆਣਾ ਤੋਂ, ਤੇ ਆਪਣਾ ਕਾਰ ਅਸੈਸਰੀਜ਼ ਦਾ ਬਿਜ਼ਨਸ ਹੈ ਜੀ। ਤੇ ਸਾਰਾ ਆਡੀਓ ਕਸਟਮਾਈਜੇਸ਼ਨ, ਇੰਟੀਰੀਅਰ ਕਸਟਮਾਈਜੇਸ਼ਨ ਸਾਰਾ ਕੁਝ ਆਪਾਂ ਕਰਦੇ ਹਾਂ। ਸ਼ੇਰਪੁਰ ਚੌਂਕ ਦੇ ਕੋਲ ਆਪਣਾ ਸ਼ੋਰੂਮ ਹੈਗਾ। ਜਿਹੜੀ ਤਾਂ ਅੱਜ ਦੀ ਵੀਡੀਓ ਰਹੇਗੀ ਜੀ, ਉਹ ਪੂਰੀ ਰਹੇਗੀ ਡਸਟਰ 'ਤੇ, ਰਿਨੋਲਟ ਡਸਟਰ 'ਤੇ। ਅਤੇ ਉਹਦੇ 'ਚ ਆਪਾਂ ਤੁਹਾਨੂੰ ਦੱਸਾਂਗੇ ਕੀ ਕਸਟਮਾਈਜ਼ ਕੀਤਾ, ਇੰਟੀਰੀਅਰ ਐਕਸਟੀਰੀਅਰ ਸਾਰਾ ਕੁਝ ਉਹਦਾ ਦੱਸਾਂਗੇ। ਅਤੇ ਬਾਕੀ ਹੈਗੀ, ਅਸੀਂ ਕਰਦੇ ਹਾਂ ਵੀਡੀਓ ਸ਼ੁਰੂ। ਗੱਡੀ ਪਿੱਛੇ ਖੜੀ ਹੈ, ਇਹਦੇ ਕੁਝ ਸ਼ਾਰਟਸ ਸਰ ਨੇ ਪਹਿਲਾਂ ਦੇ ਲਏ ਹੋਏ ਆ, ਮੈਂ ਤੁਹਾਨੂੰ ਵਿੱਚ ਪਹਿਲਾਂ ਦੱਸ, ਇਹ ਤੁਸੀਂ ਦੇਖ ਸਕਦੇ ਹੋ ਸ਼ਾਰਟ ਸਾਰੇ। ਅਤੇ ਫਿਰ ਬਾਕੀ ਤੁਹਾਨੂੰ ਮੈਂ ਬਾਅਦ 'ਚ ਦਿਖਾਊਂਗਾ ਵੀ ਗੱਡੀ ਅਪਡੇਟ ਕਿੱਦਾਂ ਦੀ ਹੋਈ। ਵੇਖ ਲਿਓ ਹੋਣੇ ਆ ਵੀ ਇਹ ਕਿੱਦਾਂ ਸੀਗੀ ਪਹਿਲਾਂ ਗੱਡੀ ਅਤੇ ਹੁਣੇ ਕਿੱਦਾਂ ਦੀ ਹੋ ਗਈ ਤੁਹਾਨੂੰ ਉਹ ਵੀ। ਅਤੇ ਬਾਕੀ ਕਿਸੇ ਦੀਆਂ ਕੋਈ ਵੀ ਇਨਕੁਆਇਰੀਜ਼ ਹੋਣ, ਥੱਲੇ ਨੰਬਰ ਚੱਲ ਰਹੇ ਆ ਬਾਈ, ਇੰਸਟਾਗ੍ਰਾਮ 'ਤੇ ਵੀ ਅਵੇਲੇਬਲ ਆ, ਤੁਸੀਂ ਉੱਥੇ ਫੋਲੋ ਕਰ ਸਕਦੇ ਹੋ ਡੇਲੀ ਅਪਡੇਟਸ ਲਈ ਕਿ ਕੀ ਕੀ ਨਵੀਂ ਨਵੀਂ ਕਸਟਮਾਈਜੇਸ਼ਨ ਚੱਲ ਰਹੀ ਹੈ, ਕੀ ਸਿਸਟਮ ਆਇਆ, ਕਿਹੜੀ ਨਵੀਆਂ ਚੀਜ਼ਾਂ ਆਈਆਂ ਨੇ, ਤੁਸੀਂ ਉੱਥੇ ਦੇਖ ਸਕਦੇ ਹੋ ਬਾਈ। ਫੁੱਲੀ ਰੀਪੇਂਟ ਹੋਈ ਹੈ ਕਾਰ, ਤੁਸੀਂ ਪੇਂਟ ਕੁਆਲਿਟੀ ਚੈੱਕ ਕਰ ਸਕਦੇ ਹੋ। ਇਹ ਪਹਿਲੇ ਸਿਲਵਰ ਕਲਰ ਦੀ ਸੀਗੀ, ਤੁਹਾਨੂੰ ਬਿਫੋਰ ਕਲਿਪਸ ਉਹ ਦੇਖ ਲਿਓ ਤੁਸੀਂ। ਤੇ ਇਹ ਪੂਰੀ ਰੀਪੇਂਟ ਹੋਈ ਹੈ ਗੱਡੀ, ਫੁੱਲ ਬੰਪਰ ਟੂ ਬੰਪਰ ਪੂਰੀ ਪੇਂਟ ਹੋਈ ਹੈ, ਪੇਂਟ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਤੇ ਅਲੋਏ ਵੀਲਸ ਅਗੇਨ ਫੁੱਲੀ ਰੀਪੇਂਟ ਹੈ। ਇਹ ਤੁਸੀਂ ਪੇਂਟ ਕਰ ਦਿੰਦੇ ਹੋ ਲਾਈਕ ਇਹਨਾਂ ਨੂੰ ਪ੍ਰੋਪਰ? ਹਾਂਜੀ ਹਾਂਜੀ ਹਾਂਜੀ, ਸਾਰਾ ਪੱਟੀ ਕੋਈ ਡੈਮੇਜ ਵੀ ਹੁੰਦਾ ਲੋਏ, ਉਹਨੂੰ ਪ੍ਰੋਪਰ ਰਿਪੇਅਰ ਕਰਕੇ ਫਿਰ ਆਪਾਂ ਪੇਂਟ ਕਰ ਦਿੰਦੇ ਹਾਂ ਕਿ ਪੂਰਾ ਨਿਊ ਲੁੱਕ ਹੀ ਆਵੇ। ਤੇ ਸਰ ਇਹਦੀ ਕਿੰਨਾ ਕੁ ਟਾਈਮ ਲੱਗਦਾ ਜੇ ਅਸੀਂ ਇਕੱਲੇ ਕਿਸੇ ਨੇ ਲੋਏ ਕਰਾਉਣੇ ਹੋਣ ਜਾਂ ਕੁਝ ਕਰਾਉਣਾ ਹੋਵੇ? ਤੁਸੀਂ ਲਗਾ ਕੇ ਚੱਲੋ, ਇੱਕ ਡੇਢ ਦਿਨ ਦਾ ਕੰਮ ਹੈਗਾ ਹੀ ਹੈ। ਤੇ ਕੀ ਕਾਸਟਿੰਗ ਆ ਜਾਂਦੀ ਹੈ ਆਈਡੀਆ? ਤੁਸੀਂ ਲਗਾ ਕੇ ਚੱਲੋ 4 ਪੀਸ ਲਗਾ ਕੇ ਚੱਲੋ, ਅਰਾਊਂਡ 4-5 ਹਜ਼ਾਰ ਦੀ ਰੇਂਜ ਕੋਸਟ ਕਰ ਜਾਂਦਾ। ਕੋਈ ਵੀ ਕਲਰ ਕਰਵਾ ਸਕਦੇ ਹੋ? ਕੋਈ ਵੀ ਕਲਰ, ਕੋਈ ਵੀ ਕਲਰ, ਠੀਕ ਆ। ਮੇਨ ਜਿਹੜਾ ਇਹਦਾ ਹੈਗਾ, ਉਹ ਸਾਰਾ ਇੰਟੀਰੀਅਰ 'ਚ ਹੀ ਹੈਗਾ। ਫਸਟ ਆਫ ਆਲ ਸਟਾਰਟ ਹੁੰਦਾ ਡਿਪ ਕੋਟਿੰਗ ਨਾਲ, ਜਾਂ ਫੁੱਟਸਟੈਪ ਹੈ, ਵੈਲਕਮ ਲਾਈਟ, 70 ਮੈਟਸ ਡਿਪ ਕੋਟਿੰਗ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸਰ ਨੇ ਇਹਦੇ ਨਾਲ ਮੈਚਿੰਗ ਕਲਰ ਦੀ ਕਰਤੀ ਹੈ, ਲਾਈਕ ਡਿਪ ਕੋਟਿੰਗ ਸਾਰੀ ਗੱਡੀ 'ਚ ਇਹਨਾਂ ਨੇ ਕਰਤੀ ਹੈ, ਤੁਸੀਂ ਦੇਖ ਸਕਦੇ ਹੋ। ਇਹਦੇ 'ਚ ਐਕਚੁਲੀ ਭਈਆ ਦਾ ਕੰਸਰਨ ਸੀ, ਭਈਆ ਨੇ ਪੂਰੀ ਜੈੱਟ ਬਲੈਕ ਰੱਖਣੀ ਸੀ ਗੱਡੀ, ਭਈਆ ਦਾ ਪੂਰਾ ਟੇਸਟ ਸੀਗਾ ਕਿ ਪੂਰੀ ਬਲੈਕ ਰੱਖਣੀ, ਇਸ ਲਈ ਭਈਆ ਨੇ ਐਕਸਟੀਰੀਅਰ ਇੰਟੀਰੀਅਰ ਸਾਰਾ ਬਲੈਕ ਕੀਤਾ। ਇਹ ਡੈਸ਼ਬੋਰਡ ਜਿਹੜਾ ਕਲਰ ਤੁਸੀਂ ਦੇਖ ਰਹੇ ਹੋ, ਪਹਿਲੇ ਡਸਟਰ ਜਿਹਨਾਂ ਕੋਲ ਡਸਟਰ ਹੈਗੀ ਹੈ, ਜਿਹਨਾਂ ਨੇ ਦੇਖੀ ਹੈ, ਉਹਨਾਂ ਨੂੰ ਆਈਡੀਆ ਹੋਊਗਾ ਕਿ ਇਹਦਾ ਕਲਰ ਮੈਟਿਕ ਬਰਾਊਨ ਜਿਹਾ ਆਉਂਦਾ, ਬਰਾਊਨ ਬੇਜ ਮਿਕਸ ਜਿਹਾ ਕਲਰ ਹੁੰਦਾ, ਬਲੈਕ ਬੇਜ ਮਿਕਸ ਹੁੰਦਾ। ਇਹ ਆਪਾਂ ਪੂਰੀ ਬਲੈਕ ਕੀਤੀ, ਈਵਨ ਕਿ ਜਿਹੜੀ ਰੂਫ ਹੈ ਉਹ ਵੀ ਫੁੱਲ ਬਲੈਕ, ਇਹਦੇ ਕਲੋਥ ਲੱਗਿਆ ਹੋਇਆ ਲਾਈਕ ਲੇਦਰ ਟਾਈਪ ਦਾ, ਸਾਰਾ ਕੱਪੜਾ ਲੱਗਿਆ ਹੋਇਆ ਇਹਦਾ। ਅਗੇਨ ਆਪਣੇ ਨਾਪਾ ਲੈਦਰ ਸੀਟ ਕਵਰ, ਜਿਹੜੇ ਲਾਸਟ ਟਾਈਮ ਆਪਾਂ ਤੁਹਾਨੂੰ ਕ੍ਰੇਟਾ 'ਚ ਵੀ ਦਿਖਾਏ ਸੀਗੇ, ਉਹ ਭਈਆ ਨੇ ਕਲਿੱਪ ਦੇਖੀ ਸੀ, ਭਈਆ ਕਹਿੰਦੇ ਸੇਮ ਡਿਜ਼ਾਈਨ ਮੈਨੂੰ ਚਾਹੀਦਾ ਇਹਦੇ 'ਚ ਵੀ, ਤਾਂ ਆਪਾਂ ਉਹ ਸੇਮ ਡਿਜ਼ਾਈਨ ਇਹਦੇ। ਭਈਆ ਬਹੁਤ ਹੀ ਕੰਫਰਟੇਬਲ ਹੁੰਦੇ ਆ ਤੇ ਬੜੇ ਹੀ ਵਧੀਆ, ਲਾਈਕ ਨਾ ਤੇ ਹੀਟ ਆਉਂਦੀ ਹੈ ਤੇ ਜ਼ਿਆਦਾ ਨਾ ਠੰਡ ਲੱਗਦੀ ਹੈ, ਬੜੇ ਵਧੀਆ ਰਹਿੰਦੇ ਨੇ ਨਾਪਾ ਲੈਦਰ ਦੇ ਹੈਗੇ ਨੇ। ਤੇ ਫਿਟਿੰਗ ਤੁਸੀਂ ਦੇਖ ਸਕਦੇ ਹੋ ਕਿੱਡੀ ਜ਼ਬਰਦਸਤ ਫਿਟਿੰਗ ਹੈ ਇਹਨਾਂ ਕਵਰਸ ਦੀ, ਪ੍ਰੋਪਰ ਫਿਟਿੰਗ ਹੈ ਜੀ, ਸਾਰੀ ਸਾਰੀ ਆਉਂਦੀ ਹੈ। ਥੱਲੇ ਭਾਈ ਨੇ ਮੈਟ ਵੀ ਇਹਦੇ ਯੂਜ਼ ਕੀਤੇ ਨੂੰ, ਭਾਈ 70 ਕਹਿੰਦੇ, ਕੀ ਕਹਿੰਦੇ ਆ? ਇਹ 70 ਮੈਟਸ ਆ ਭਈਆ, ਲਾਈਕ 98% ਗਵਰਨਿੰਗ ਹੈ, ਵਾਟਰਪਰੂਫ, ਵਾਸ਼ੇਬਲ, ਪ੍ਰੀਮੀਅਮ ਲੁੱਕ ਦਿੰਦੇ ਆ, ਮਤਲਬ ਵੈਰੀ। ਤੇ ਇਹ ਸਾਰੀਆਂ ਗੱਡੀਆਂ ਦੇ ਅਵੇਲੇਬਲ ਮਿਲ ਜਾਂਦੇ ਆ? ਸਾਰੀ ਗੱਡੀਆਂ, ਆਲਮੋਸਟ ਸਾਰੀ ਗੱਡੀਆਂ, ਠੀਕ ਹੈ। ਤੇ ਬਾਕੀ ਬਾਈ ਤੁਸੀਂ ਗੱਡੀ ਦੀ ਲੁੱਕ ਵੈਸੇ ਵੀ ਵੇਖ ਸਕਦੇ ਹੋ, ਵੈਸੇ ਨਵੀਂ ਲੱਗਣ ਡਈ ਆ, ਅਜੇ ਵੀ ਗੱਡੀ ਬਿਲਕੁਲ ਨਵੀਂ ਹੈ। ਜਿਨ੍ਹਾਂ ਦੀ ਗੱਡੀ ਹੈਗੀ ਆ ਉਹਨਾਂ ਨੂੰ ਵੀ ਅਸੀਂ ਪੁੱਛਾਂਗੇ ਵੀ ਗੱਡੀ ਕਿੰਨੀ ਪੁਰਾਣੀ ਹੈ ਤੇ ਉਹਨਾਂ ਨੂੰ ਕੰਮ ਕਿਵੇਂ ਲੱਗਿਆ, ਉਹ ਤੁਹਾਨੂੰ ਰਿਵਿਊਜ਼ ਦੇਵਾਂਗੇ। ਤੇ ਹੋਰ ਕਰਨ ਬਾਈ ਆਪਾਂ ਇਹਦੇ 'ਚ ਕੀ ਕੀਤਾ ਹੋਇਆ, ਕਿਉਂਕਿ ਤੁਸੀਂ ਪ੍ਰੋਪਰ ਇਹਦਾ ਦੇਖ ਸਕਦੇ ਹੋ, ਪ੍ਰੋਪਰ ਇਹਦਾ ਸਾਰਾ ਕੰਮ ਹੋਇਆ ਹੋਇਆ ਗੱਡੀ ਦਾ। ਤੇ ਇਧਰੋਂ ਤੁਸੀਂ ਇਹਦੀ ਲੁੱਕ ਇਧਰੋਂ ਵੀ ਦੇਖ ਸਕਦੇ ਹੋ, ਸੇਮ ਲਾਈਕ ਇਹ ਕਾਫੀ ਵਧੀਆ ਲੱਗਦੇ ਆ ਲੱਗੇ ਰਾਤ ਨੂੰ। ਇਹ ਤਾਂ ਤੁਸੀਂ ਦੇਖ ਸਕਦੇ ਹੋ ਸਾਰਾ, ਇਹ ਵੀ ਇਹਨਾਂ ਨੇ ਸਾਰਾ ਇਹਨੂੰ ਡਿਪ ਕੋਟਿੰਗ ਕੀਤੀ ਹੋਈ ਹੈ। ਇਹ ਤੁਸੀਂ ਕਿਸੇ ਕਲਰ ਦੀ ਵੀ ਕਰਵਾ ਸਕਦੇ ਹੋ, ਜ਼ਰੂਰੀ ਨਹੀਂ ਇਸੇ ਦੀ ਕਰਵਾਉਣੀ ਹੈ। ਇਹਦੇ 'ਚ ਆਪਣੇ ਕੋਲ ਸਰ 40 ਫਿਨਿਸ਼ਿੰਗ ਅਵੇਲੇਬਲ ਹੁੰਦੀ ਹੈ, ਤੁਸੀਂ ਆਓ, ਡਿਜ਼ਾਈਨ ਦੇਖੋ, ਥੀਮ ਦੱਸੋ ਕਿੱਦਾਂ ਦੀ ਥੀਮ ਚਾਹੀਦੀ ਹੈ, ਆਪਾਂ ਉਸ ਅਕੋਰਡਿੰਗ ਪਲਾਨ ਕਰਕੇ। ਹੁਣ ਬਈਆ ਦੀ ਜਿਵੇਂ ਬਲੈਕ ਥੀਮ ਸੀ ਤਾਂ ਆਪਾਂ ਇਹਨੂੰ ਬਲੈਕ 'ਤੇ ਰੱਖਿਆ, ਬਾਕੀ ਵੁਡਨ 'ਚ, ਕਾਰਬਨ ਫਾਈਬਰ 'ਚ, ਮੈਟ ਵੁਡਨ, ਗਲੋਸ ਵੁਡਨ, ਸਾਰੇ ਆਪਸ਼ਨਸ ਆਪਣੇ ਕੋਲ ਅਵੇਲੇਬਲ ਹੁੰਦੇ ਹੈ। ਹੁਣ ਤੁਹਾਨੂੰ ਮੈਂ ਇੱਕ ਦਿਖਾਊਂਗਾ ਡਸਟਰ ਦਾ ਪਲੇਅਰ, ਪ੍ਰੋਪਰ ਐਂਡਰੋਇਡ ਫਿਟਿੰਗ ਵਾਲਾ, ਪ੍ਰੋਪਰ 00 ਫਿਟਿੰਗ ਹੈ, ਪ੍ਰੋਪਰ ਡਸਟਰ ਦਾ ਐਂਡਰੋਇਡ ਹੈ। ਲੇਕਿਨ ਉਹ ਮੈਂ ਔਨ ਕਰਕੇ ਕਰ ਦਿਖਾ ਦਿੰਦਾ। ਇਹ ਵੀ ਮਤਲਬ ਡਸਟਰ ਚ ਆਉਣ ਲੱਗ ਗਿਆ? ਇਹ ਵੀ ਬਿਲਕੁਲ ਬਿਲਕੁਲ ਜੀ ਬਿਲਕੁਲ, ਨਾਲੇ ਆ ਬਟਨਸ ਵਗੈਰਾ ਲੱਗੇ ਹੋਏ ਨੇ ਇਹਦੇ 'ਚ, ਪ੍ਰੋਪਰ ਐਂਡਰੋਇਡ ਹੈ, ਜਿਵੇਂ ਆਪਾਂ ਮੋਸਟਲੀ ਅੱਜ ਕੱਲ੍ਹ ਗੱਡੀਆਂ 'ਚ ਦੇਖ ਰਹੇ ਹਾਂ। ਬਾਕੀ ਭਈਆ ਦਾ ਆਡੀਓ ਵੀ ਅਪਗ੍ਰੇਡ ਕੀਤਾ ਆਪਾਂ, ਹਿਪੋਨਿਕਸ ਮੇਡ ਇਨ US ਕੰਪੋਨੈਂਟਸ ਫਰੰਟ ਤੇ। ਬਾਈ ਤੁਸੀਂ ਇਹ ਦੇਖ ਸਕਦੇ ਹੋ ਪ੍ਰੋਪਰ ਇਹ ਲਾਈਕ ਐਂਡਰੋਇਡ ਆ, ਸਾਰੀ ਸਾਰੀ ਜਿੱਦਾਂ ਹੁੰਦੀ ਆ ਮੈਪਸ ਵਗੈਰਾ ਸਾਰਾ ਕੁਝ ਆ ਜਾਂਦਾ, ਸਾਰੇ 'ਚ ਪਲੇ ਸਟੋਰ ਵਗੈਰਾ, ਇਹ ਐਂਡਰੋਇਡ ਪੂਰੀ ਪ੍ਰੋਪਰ ਫਿਟਿੰਗ ਹੈ, ਮਤਲਬ ਕੋਈ ਕਟਿੰਗ ਨਹੀਂ ਮੈਨੂੰ ਲੱਗ ਰਹੀ ਵਿੱਚ ਕੀਤੀ ਹੈ। ਤੇ ਇਹ 'ਚ ਪੂਰੀਆਂ ਵੀਡੀਓਜ਼ ਵਗੈਰਾ ਕਰਨ ਬਾਈ ਚੱਲਦੀਆਂ ਰਹਿੰਦੀਆਂ? ਐਵਰੀਥਿੰਗ ਪੂਰਾ, ਜਿਵੇਂ ਫੋਨ ਹੈ, ਬਾਕੀ ਬੇਸਿਕ ਐਂਡਰੋਇਡ,
यूनिवर्सल स्टीयरिंग कंट्रोल है तो ये लाइक फोन चकना रखना आवाज घटाना बताना ये दो चार जो मेन ऑप्शन होंगे अवेलेबल होंगे सारे होंगे ठीक है वैसे तो इन्होंने को सारिया गड्डिया लाइक स्टीयरिंग कंट्रोल भी ले सकते हो क्रेटा वैसे इन्होंने बहुत ज्यादा लाइक अपडेशन करते हैं पर इन्ह गड्डिया की भी करते हैं वीडियो नहीं दे पाए इसलिए अज अभी भी थोड़ा वीडियो दे रहे हैं होर करण भाई तुझे की किया अगेन इंटीरियर तुम दिखाना चाहूँगा सेंटर कंसोल जिम्मे देखा पूरा डिपकोट होया ये जो कंसोल है पूरा ब्लैक किया गया है इंटीरियर नीचे आ गत्ते कुत्ते सारे इधर ब्लैक किए तुसी ये देख ही सकदे हो मतलब जेड ब्लैक है नु तुसी गड्डी कह सकदे हो कि प्रॉपर जेड ब्लैक कर देते हैं बाकी आ पियानो ब्लैक फिनिशिंग काफी प्रीमियम लुक आंदी है किसी भी गड्डी च करा सकदे आपां जेडे पार्ट्स खोल गए वो मतलब डिप हो सकदे ओके एक तुहानू होर चीज दिखावांगे आपां फ्रंट इधर एलईडी लाइट्स इंस्टॉल कीती है ये फुल है भाई ये तुसी हाफ फुल बीम देख सकदे हो हाफ करी करण भाई ये हाफ बीम है इस इन्हां ने सारे केडियां पाईयां करण फिर 90 वाट एलईडी है हाई पावर एलईडी है मेनू भी गड्डी बड़ी पसंद आई की क्योंकि अंदरों कोई बार इंटीरियर नहीं वधिया हुंदा तो जेट ब्लैक इंटीरियर तो बहुत सोहना लग रहा किया हुआ तो गड्डी जिन्हां दी हैगी है ये सर हुणां दी कार है सर पहली तो गल है बहुत वधिया लग्या कि तुसीं आए तो काम करवाया तो दूजी गल है तुहाडे की रिव्यूज ने इहदे रिलेटेड तुसीं सैटिस्फाइड हो जां की हो सच्ची सच्ची गल है बिल्कुल सैटिस्फाइड है जी कोई दिक्कत नहीं है बहुत वधिया काम किया राहुल भैया करण भैया फादर साहब बहुत वधिया उक्करपुर काम ये तुहाडा आपदा सीगा कि मैं इदां दी गड्डी तैयार करनी है लाइक ब्लैक करनी हां जी हां जी बिल्कुल बिल्कुल थोड़ा कुछ राहुल भैया ने सजेशन करण भैया ने किया तद असी अपना मिला के तद यह काम किया जी बहुत वधिया काम होया ठीक है तो किन्ना भी टाइम लगे कोई टाइम तो नहीं इन्होंने वध लाया टाइम कोई वध नहीं लगे ठीक ठीक टाइम लगे जो टाइम लगना चाहिए असी उस हिसाब नाल काम होया कोई इदां दी कोई दिक्कत नहीं है टाइम मिली तो चलो जो वधिया काम करावांगे भाई टाइम तो लगना वैसे मैं राहो रोड तो मेरी हां जी हां जी ठीक है चलो वधिया गल है ते बाकी थैंक यू करण भाई दा केडा वधिया इन्हां नु काम करके दित्ता ते कर ते बाकी है कि करण हुण मैनूं इह दस दो कि इह गड्डी नु तुसीं किन्ना टाइम लाया अपडेट करन वास्ते ते की इहदी कॉस्टिंग है जी इक आईडिया सारी गड्डी दा दस दित्ता जरा इहदे च तुसीं लगा के चलो भैया जे आपां टाइम दी गल करिए जिवें फुली रीपेंट इंटीरियर पूरा लाइक चेंज कीता तो महीने के आस पास टाइम लग जाता है ठीक है पूरी रीप क्योंकि जो मेन पेंट का प्रोसैस है वो थोड़ा टाइम लगता है ठीक है जो तो कला इंटीरियर ही करना है तो आप विद इन टू वीक्स आप रेडी करके दे सकते हैं जो पेंट वगैरह की गल आ जाती है वो कंडीशन से मैटर करता है किन्ना का टाइम खाई तो भाई मैं चाहना करण भाई मेरे व्यूवर्स में भी थोड़ा आइडिया दे दो कि कॉस्टिंग कितनी है गड्डी की एक आइडिया दे दो मैं पता है तो नहीं दस सकते जे मैं भैया लाइक पेंट की गल छड़ के आप बाकी गल इंटीरियर देखते हैं जिम्मे परसेसिस देखी है जिम्मे भैया ने ऑडियो अपनी लाइक इच्छा अदा करवाया कि यार मैं इदा की आवाज़ चाहिए है मैं ये वाला एम्प चाहिए ये वाला ऊफ चाहिए पर्टिकुलर वे वेरिएशन काफ़ी आ जाती है जो आप नॉर्मल गल करिए तो भैया लाइक 50 to 80 के अराउंड खर्चा इंटीरियर चेंज करके डिप करके बाकी जो LEDs वगैरह जो आप इंस्टॉल की है सीट कवर्स वगैरह वो सारा इन्ने के अराउंड आ जाता बाकी वेरिएशन काफ़ी है ਤੁਸੀਂ ਆਓ ਤੁਸੀਂ ਆਪਣਾ ਬਜਟ ਦੱਸੋ ਉਸ ਅਕੋਰਡਿੰਗ ਤੁਹਾਨੂੰ ਮੈਂ ਬੈਸਟ ਗਾਈਡ ਜੋ ਹੋ ਸਕਦਾ ਪੋਸੀਬਲ ਉਹ ਮੈਂ ਬਾਕੀ ਭਾਈ ਜਿਹੜੇ ਦੂਰ ਵਾਲੇ ਬੰਦੇ ਨੇ ਲਾਈਕ ਤੋਂ ਕਈ ਵਾਰੀ ਮੈਨੂੰ ਵੀ ਮੈਸੇਜ ਕਰਦੇ ਕਿ ਭਾਈ ਉੱਥੇ ਉਹ ਰੇਟ ਨਹੀਂ ਦੱਸ ਰਹੇ ਉਹ ਦੁਆ ਨਹੀਂ ਦੱਸ ਰਹੇ ਉਹ ਤਾਂ ਭਾਈ ਇਸ਼ੂ ਕੀ ਹੈ ਕਿ ਇਹਦੇ ਵਿੱਚ ਨਾ ਵੇਰੀਏਸ਼ਨਸ ਬੜੀਆਂ ਨੇ ਕਈ ਵਾਰੀ ਤੁਹਾਨੂੰ ਕੋਈ ਚੀਜ਼ ਪਸੰਦ ਆਉਂਦੀ ਹੈ ਉਹ ਕੋਸਟਲੀ ਹੁੰਦੀ ਹੈ ਬ੍ਰਾਂਡ ਹੁੰਦਾ ਹੈ ਇੱਕ ਨੋਰਮਲ ਚੀਜ਼ ਵੀ ਇਹਨਾਂ ਕੋਲੇ ਮਿਲ ਜਾਂਦੀ ਹੈ ਉਹ ਵੀ ਮੇਨ ਉਹੀ ਗੱਲ ਆ ਵੀ ਕੋਸਟਿੰਗ ਦੱਸੋ ਉਸ ਹਿਸਾਬ ਨਾਲ ਅਡਜਸਟ ਹੋ ਜਾਊਗਾ ਬਾਕੀ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ ਭਾਈ ਨੂੰ ਕਿਉਂਕਿ ਉੱਥੇ ਅਪਡੇਟਸ ਇਹਨੇ ਕਰਦੇ ਰਹਿੰਦੇ ਨੇ ਤੇ ਕਰਨ ਭਾਈ ਹੁਣ ਇੱਕ ਗੱਲ ਲਾਸਟ ਦੱਸ ਦਿਓ ਕਿ ਤੁਹਾਡੀ ਲੋਕੇਸ਼ਨ ਕੀ ਹੈ ਤੁਸੀਂ ਕਿੰਨੇ ਤੋਂ ਕਿੰਨੇ ਅਵੇਲੇਬਲ ਹੋ ਟਾਈਮਿੰਗ ਸਰ ਹੈਗੀ ਆਪਣੀ ਵਰਕਿੰਗ ਡੇਜ਼ 9 ਤੋਂ 8 ਵਜੇ ਤੱਕ ਲਾਸਟ ਸੰਡੇ ਆਫ ਰਹਿੰਦਾ ਹੈ ਜੀ ਤੇ ਸੰਡੇਜ਼ ਜਿਹੜੇ ਬਾਕੀ ਸੰਡੇਜ਼ ਬਚੇ ਆ ਉਹ 10 ਤੋਂ 5 ਵਜੇ ਤੱਕ ਹੈ ਜੀ ਹਾਫ ਡੇ ਹੁੰਦਾ ਸੰਡੇ ਨੂੰ ਤੇ ਮੇਰੀ ਲੋਕੇਸ਼ਨ ਹੈ ਜੀ ਸ਼ੇਰਪੁਰ ਚੌਂਕ ਦੇ ਕੋਲ GT ਰੋਡ ਕਾਰੋਬਾਰ BXX 25/1 ਬਾਕੀ ਗੂਗਲ ਮੈਪਸ ਤੇ ਵੀ ਆਪਣੀ ਲੋਕੇਸ਼ਨ ਪਈ ਹੋਈ ਤੁਸੀਂ ਸਰਚ ਕਰਕੇ ਡਾਇਰੈਕਟ ਮੇਰੇ ਕੋਲ ਪਹੁੰਚ ਸਕਦੇ ਹੋ ਬਾਕੀ ਕਿਸੇ ਵੀ ਗੱਡੀ ਦੀ ਕੋਈ ਵੀ ਕਸਟਮਾਈਜੇਸ਼ਨ ਲਾਈਕ ਅਪਡੇਸ਼ਨ ਤੁਸੀਂ ਕਰਾਉਣੀ ਹੋਵੇ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਤੇ ਬਾਈ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮਚ ਤੇ ਮਿਲਦੇ ਹਾਂ ਹੋਰ ਇਦਾਂ ਨਵੀਆਂ ਵੀਡੀਓਜ਼ ਲੈ ਕੇ ਤੁਸੀਂ ਮੈਨੂੰ ਵੀ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ _ ਕਰਨ ਦੇ ਨਾਮ ਦੇ ਉੱਤੇ ਤੇ ਵਲੌਗ ਥੋੜਾ ਲੇਟ ਆ ਰਿਹਾ ਤੁਸੀਂ ਮੈਨੂੰ ਮੇਰੇ ਦੂਜੇ ਚੈਨਲ ਤੇ ਫੋਲੋ ਕਰ ਸਕਦੇ ਹੋ ਦਿਆਕਰਨ ਡੇਲੀ ਤੇ ਕਿਉਂਕਿ ਉੱਥੇ ਡੇਲੀ ਕੀ ਕਰ ਰਿਹਾ ਮੈਂ ਅਪਡੇਟ ਕਰਦਾ ਰਹਿਣਾ ਨਵਾਂ ਸ਼ੁਰੂ ਕੀਤਾ ਬਾਈ ਤੇ ਥੈਂਕ ਯੂ ਸੋ ਮਚ ਫਾਰ ਵਾਚਿੰਗ ਦਿਸ ਵਲੌਗ ਬਾਏ ਬਾਏ ਟੇਕ ਮਨੂ ਭਾਅ ਜੀ ਕੀ ਹਾਲ ਚਾਲ ਨੇ ਠੀਕ ਠਾਕ ਵੈਲਕਮ ਵੈਲਕਮ ਬੈਕ
ਭਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਵਧੀਆ ਹੋਣਗੇ ਤੇ ਜਿਵੇਂ ਕਿ ਤੁਸੀਂ ਮੰਨੂ ਬਾਗ ਨੂੰ ਪਛਾਣ ਲਿਆ ਹੋਣਾ ਆਪਣੇ ਨਾਲ ਸਲੋ ਡਰਾਈਵ ਤੇ ਸੀ ਇਸ ਵਾਰੀ ਮਾਊਂਟੇਨ ਗੋਟ ਵੱਲੋਂ ਤੇ ਬਾਈ ਹੁਣਾਂ ਦਾ ਪਿੱਕਾ ਆਪਦਾ ਤੇਰੀ ਸਰਵਿਸ ਸਾਡੀ ਉਦੋਂ ਦੀ ਪੈਂਡਿੰਗ ਸੀਗੀ ਵੀ ਅਸੀਂ ਕਰਾ ਨਹੀਂ ਸਕਦੇ ਮੈਂ ਵੀ ਬਿਜ਼ੀ ਸੀ ਤੇ ਬਾਈ ਹੁਣੀ ਬਿਜ਼ੀ ਤੇ ਬਾਈ ਨੇ ਜਦੋਂ ਅਸੀਂ ਵਲੌਗ 'ਚ ਦੱਸਿਆ ਵੀ ਸੀ ਵੀ ਸਪੈਸ਼ਲੀ ਟਰੈਵਲਿੰਗ ਲਈ ਰੱਖਿਆ ਹੋਇਆ ਤੇ ਇਸ ਕਰਕੇ ਇਹਦੀ ਸਰਵਿਸ ਰਹਿੰਦੀ ਹੈ ਤੁਹਾਨੂੰ ਅੱਜ ਅਸੀਂ ਚਾਹੁੰਦੇ ਕਿ ਇਹਦੀ ਸਰਵਿਸ ਕਰਵਾਈ ਜਾਵੇ ਤੇ ਸਰਵਿਸ ਕਿੱਥੋਂ ਕਰਵਾਉਣ ਜਾ ਰਹੇ ਹਾਂ ਵੈਸੇ ਅਸੀਂ ਮੋਬਿਲ ਕੋ ਜਾ ਰਹੇ ਹਾਂ ਮੋਬਿਲ ਕੋ ਕਿਉਂ ਜਾ ਰਹੇ ਉੱਥੇ ਜਾ ਕੇ ਦੱਸੂਗਾ ਵੀ ਕੀ ਰੀਜ਼ਨ ਹੈ ਤੇ ਇਹ ਸਾਰਾ ਚੈੱਕਅਪ ਵਗੈਰਾ ਸਾਰਾ ਰਹਿੰਦਾ ਸੀ ਤੇ ਉਹ ਕਰਾਂਗੇ ਤੁਹਾਨੂੰ ਸਾਰੀ ਡਿਟੇਲ 'ਚ ਇਹ ਵਲੌਗ ਦਵਾਂਗੇ ਤੇ ਆ ਜਾਓ ਚੱਲਦੇ ਹਾਂ ਆਪਾਂ तो फाइनली हम लोग वर्कशॉप में पहुंच चुके हैं तो आपको यहाँ पे सर से मिलाते हैं। सर क्या हाल चाल है? बढ़िया सर, बढ़िया। ठीक ठाक हो? सर मेरे व्यूवर्स को पहले तो ये बता दो कि हम आपके पास, वैसे मैंने आपकी स्टिकरिंग देखी थी, हम लोग गए थे वहाँ पे इवेंट के लिए, माउंटेन गोट के इवेंट पे शिमला से वो रन करते हैं तो काफी अच्छा इवेंट होता, तो वहाँ पे आपने उनके स्टिकरिंग मैंने देखी थी कि यू गाड़ी के ऊपर। मोबिल में क्या इतना स्पेशल है, इसमें क्या क्या प्रोडक्ट्स आते हैं थोड़ा सा बता दो। सर मोबिल के प्रोडक्ट तो पहले आपकी वर्ल्ड की सबसे पहली कंपनी है जिसने लुब्रिकेंट ऑयल बनाया था, और इसके कुछ प्रोडक्ट ऐसे हैं कि वर्ल्ड वाइड सिंथेटिक ऑयल आते हैं जो कि बहुत ही अच्छी क्वालिटी के होते हैं। इसमें कुछ प्रोडक्ट है 0W40 करके है, 540 है, ये मोबिल वन, ये सारे इंपोर्ट प्रोडक्ट हैं, इंडिया के नहीं हैं। तो ये जैसे 040 का प्रोडक्ट है मेरे पास, वो उसका -40 डिग्री में भी वो जमता नहीं है। अच्छा ऐसे भी हैं? हाँ। भाई काफी अच्छे इनके पास ऑयल्स आते हैं, हर एक गाड़ी के लिए आते हैं सर? ओके, हर गाड़ी के लिए, हर गाड़ी के लिए, टू व्हील फोर व्हील, टू व्हीलर से लेकर कमर्शियल तक, टू व्हीलर फोर व्हीलर कमर्शियल। तो सर हमारे पास वो पिक्का है आज, तो हम चाहते हैं कि आप इसका चेकअप कर दो। ठीक, इसमें क्या क्या आप करके दे सकते हो तो आप इसका प्लीज? सर इसका टोटल चेकअप करेंगे, जितना भी इसका तेल, फिल्टर, कूलेंट, जो भी आपकी रिक्वायरमेंट होगी गाड़ी की, ठीक सारा ठीक है सर। हेलो सर क्या हाल है? ठीक ठाक है, आपकी वर्कशॉप है? हाँ जी सर। आप इसमें वैसे मल्टी कार काम करते हो? हाँ सर, मल्टी पर लग्जरी सेगमेंट से हम ज्यादा करते हैं। सारा ही ओके, तो उसमें कौन कौन सी आ जाते हैं? उसमें सर आपकी मर्सिडीज होगी, अपनी ऑडी होगी, BMW, रेंज रोवर, पोर्शे, यही गाड़ियाँ ज्यादा हम लोग करते हैं। उसमें सर क्या क्या कर देते हो, लाइक उसमें बॉडी लाइन सारा कुछ? उसमें बॉडी लाइन सर हमारा सर्विसेज हो गई, ब्रेक्स का काम हो गया, सस्पेंशन हो गया, इंजन हो गया, सारा कुछ ही कर रहे हैं। सारा कुछ ही कर रहे हैं, ठीक है। हर एक टाइप का इलेक्ट्रिक काम हो गया, कोई AC वर्क हो गया, सारे काम। थैंक यू सर। भाई यहाँ पे इनका फिल्टर होता है, एयर फिल्टर होता है सर? सर अच्छा, तो ये साफ रखना चाहिए, क्या होता है? रिप्लेस ही कर देते हैं भाई। ये पूरा का पूरा इंजन रहता है गाड़ी का, और मेन बातें बता देता हूँ कि इसका मेन रेडिएटर का पानी होता है, यहाँ पे कूलेंट वगैरह आता है, ये इसका एयर फिल्टर था सर ने खोला, और सर यहाँ पे ब्रेक ऑयल रहता है इसका, ठीक है, एयर फिल्टर हो गया, ये कूलेंट वाला हो गया, इसमें मतलब पानी वगैरह चलना चाहिए, और ये सर इसका अच्छा ये ऑयल का, ये कैसे चेक होता है सर? इसे कैसे पता चलता है कि ये पूरा है ऑयल और कम है? ये मार्कर, अच्छा यहाँ पे मार के आए हो, ये वाले हैं, इसे कम हो तो कम फिर पता, ये कम होएगा फिर नीचे आ जाएगा, एक फिर डालना पड़ेगा। हाँ जी, हाँ जी, तो इसके ऊपर जो चाहिए तो फिर इतना ही चाहिए। हाँ जी, हाँ जी, ओके। भाई ये छोटी छोटी चीजें याद रखने वाली हैं कि आपको सुबह गाड़ी स्टार्ट करने से पहले ये चीजें देखनी चाहिए कि गाड़ी में ऑयल पूरा है, पानी है गाड़ी में कि नहीं है, और आपका फिल्टर वगैरह वो साफ रखना चाहिए। क्यों साफ रखना चाहिए? क्योंकि इसके गाड़ी की, जैसे हम लोग सांस लेते हैं तो हम लोगों ने मास्क का भी डाले, मास्क गंदा है तो हमें सांस नहीं आएगा, तो सेम लाइक एयर फिल्टर रहता है। तो अभी मैं ऑयल के बारे में बात करता हूँ, जिसकी मेन जो चीज है, ऐसे हम लोग पानी के बिना नहीं जी सकते हैं, तो गाड़ी जो है इंजन ऑयल के बिना नहीं जी सकती, अगर इंजन ऑयल कम है तो आपका गाड़ी का इंजन खराब भी हो जाता है। तो सर मुझे बताओ कि आपके पास ऑयल कौन कौन से अवेलेबल है? मोबिल है 0W40 है, ओके, वर्ल्ड का नंबर वन ऑयल है। इसमें क्या ऐसा खास है कि वर्ल्ड का सर परफॉर्मेंस और लुब्रिकेशन है, ओके, इसमें हमारे जो हीट होती है गाड़ी उसको जॉब करता है, ये हीट को भी और लुब्रिकेशन है। इसका जो टेम्परेचर है 40 डिग्री तक जमेगा, कोल्ड जैसे ठंडी में होगा तो जमेगा नहीं है। अच्छा, वैसे वैसे प्रॉपर वर्क करेगा? हाँ। इनके पास आप देख सकते हैं और भी काफी गाड़ियों का काम चलता है, तो सारी गाड़ियों में ऑलमोस्ट यही जो तेल है वो यूज होता है। तो सर मैं आपसे थोड़ा सा ये पूछना चाहता हूँ कि ये जो ऑयल है तो ये ऑल इंडिया में अवेलेबल है? जी सर, ऑल ओवर इंडिया में अवेलेबल है, मतलब कहीं से भी ले सकते हैं, इजीली ले सकते हैं, कोई सीन नहीं है। ये पैकिंग छोटी बड़ी भी आती है? हाँ सर, ये 1 लीटर से लेकर 208 लीटर बैरल तक हर पैकिंग आती है, हर का आता है, ठीक है। कार सेगमेंट के लिए अलग प्रोडक्ट आते हैं, टू व्हीलर के लिए अलग से आते हैं, और सिविल प्रोडक्ट मतलब ट्रांसपोर्ट के लिए अलग से आते हैं, कमर्शियल व्हीकल के लिए अलग से। तो सर ने काफी अच्छे तरीके से बता दिया, तो बट एक बात मेरे और दिमाग में आ रही है कि सर जैसे आपके यहाँ में मोबिल की ब्रांडिंग हुई हुई है, तो वर्कशॉप मोबिल की है? नहीं सर, ये हमारा एक मोबिल का ही कंसेप्ट आता है, मोबिल कार केयर करके। तो सर हमारी गाड़ी का काम?
सर ओके गर्म हो गया सब ठीक निकला कोई प्रॉब्लम तो नहीं है तेल वगैरह पानी सब ओके है सारा चेकअप हो गया तो भाई काफी अच्छे तरीके से लोगों ने सर्विस की है गाड़ी की और काफी चेकअप ये करवाना चाहिए आप लोगों को तो किसी भी आप वर्कशॉप में जाके और ये तेल के बारे में मैंने आपको इन्फॉर्मेशन दे दी काफी अच्छा तेल है तो आप इसको यूज कर सकते हैं तो फिलहाल हम अब यहाँ से निकल रहे हैं तो भाई बहुत अच्छा था तूने प्रॉपर गाड़ी की चेकअप कर दी सारी की सारी तो थैंक यू सो मच मोबिल तू आपने इतने अच्छे से केयर की और आपको और भी ज्यादा मोबिल केस के बारे में इंफॉर्मेशन मिलती रहेगी तो आप मेरे को भी फॉलो कर सकते हैं _करण के नाम के ऊपर इंस्टाग्राम के ऊपर और ऐसे ब्लॉग और भी मेरे चैनल के ऊपर पड़े आप देख सकते हैं बाय तो मिलते हैं ऐसे नए ब्लॉग और लेके बाय टेक केयर।